ਸਤਿ ਸ਼੍ਰੀ ਅਕਾਲ ਜੀ ਸਾਰੇ ਵਿਦਿਆਰਥੀ ਸਾਥੀਆਂ ਦਾ ਫਿਊਚਰ ਪੁਆਇੰਟ ਮੁਕਤਸਰ ਦੇ ਵਿੱਚ ਸਵਾਗਤ ਹੈ ਜੀ। ਮੈਂ ਡਾਕਟਰ ਨਰਿੰਦਰਪਾਲ ਸਿੰਘ ਆਮ ਦੀ ਤਰ੍ਹਾਂ ਇੱਕ ਖਾਸ ਵੀਡੀਓ ਲੈ ਕੇ ਫਿਰ ਹਾਜ਼ਰ ਹੋਏ ਹਾਂ ਜੀ। ਪਿਆਰੇ ਵਿਦਿਆਰਥੀ ਸਾਥੀਓ, ਜਿਵੇਂ ਕਿ ਸਾਨੂੰ ਰੋਜ਼ ਇੱਕ ਨੋਟਿਸ ਮਿਲਦਾ ਹੈ ਕਿ ਫਲਾਨਾ ਟੈਸਟ ਜਿਹੜਾ ਸੀ ਉਹ ਵੀ ਐਕਸਟੈਂਡ ਹੋ ਗਿਆ, ਵੀਡੀਓ ਦਾ ਟੈਸਟ ਵੀ ਐਕਸਟੈਂਡ ਹੋ ਗਿਆ, P SSS ਦਾ ਟੈਸਟ ਐਕਸਟੈਂਡ ਹੋ ਗਿਆ। ਬਹੁਤ ਸਾਰੇ ਟੈਸਟ ਆ ਜਿਹੜੇ ਪੰਜਾਬ ਸਰਕਾਰ ਐਕਸਟੈਂਡ ਕਰ ਰਹੀ ਹੈ ਅਤੇ ਅਸੀਂ ਤਿਆਰੀ ਕਰ ਚੁੱਕੇ ਹਾਂ। ਬਹੁਤ ਸਾਰੇ ਵਿਦਿਆਰਥੀ ਹੈ ਜਿਨ੍ਹਾਂ ਨੇ ਸੈਲਫ ਸਟੱਡੀ ਕੀਤੀ ਹੈ, ਬਹੁਤ ਸਾਰੇ ਵਿਦਿਆਰਥੀਆਂ ਨੇ ਕੁਝ ਕਲਾਸਿਸ ਤੋਂ ਤਿਆਰੀ ਕੀਤੀ ਹੈ, ਬਹੁਤ ਸਾਰੇ ਵਿਦਿਆਰਥੀ ਜਿਹੜੇ ਆਪਣੀ ਮਿਹਨਤ ਦੇ ਬਲਬੂਤੇ 'ਤੇ ਘਰ ਬੈਠੇ ਤਿਆਰੀ ਕਰ ਰਹੇ ਆ। ਅਤੇ ਜਦੋਂ ਟੈਸਟ ਐਕਸਟੈਂਡ ਹੋ ਜਾਂਦਾ ਤਾਂ ਸਾਡਾ ਥੋੜ੍ਹਾ ਜਿਹਾ ਮਨੋਬਲ ਆ ਜਿਹੜਾ, ਹੈ ਨਾ, ਸਾਡਾ ਜਿਹੜਾ ਪੇਪਰ ਦੀ ਜਿਹੜੀ ਫੋਰਸ ਦੀ ਅਸੀਂ ਤਿਆਰੀ ਕਰ ਰਹੇ ਸੀਗੇ, ਕਿੰਨੀ ਪੂਰੀ ਆਪਣੀ ਪੂਰੀ ਫੋਰਸ ਲਾ ਕੇ ਤਿਆਰੀ ਕਰ ਰਹੇ ਸੀਗੇ, ਅਤੇ ਉਹ ਥੋੜ੍ਹੀ ਜਿਹੀ ਕਿਤੇ ਨਾ ਕਿਤੇ ਕਮਜ਼ੋਰ ਹੋ ਜਾਂਦੀ ਹੈ। ਤਾਂ ਇਹਨਾਂ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਗਾ, ਕੁਛ ਅਸੀਂ ਐਸੇ ਉਪਰਾਲੇ ਲੈ ਕੇ ਤੁਹਾਡੇ ਤੱਕ ਇੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੋ ਅਸੀਂ ਇਸ ਤਰ੍ਹਾਂ ਦੀ ਇੱਕ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ, ਜਿਸ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਕੁਸਚਨ ਜ਼ਰੂਰ ਥੋੜ੍ਹੇ ਹੋਣਗੇ, ਮੋਸਟਲੀ 10 ਕੁ ਕੁਸਚਨ ਡਿਸਕਸ ਕਰਾਂਗੇ, ਬਟ ਆਉਣ ਵਾਲੀ ਸਮੇਂ ਦੇ ਵਿੱਚ ਜਿਹੜੀ ਅਸੀਂ ਵੀਡੀਓਜ਼ ਬਣਾਵਾਂਗੇ ਉਹਨਾਂ ਦੇ ਵਿੱਚ ਢੇਰ ਸਾਰੇ ਕੁਸਚਨਾਂ ਨੂੰ ਡਿਸਕਸ ਕਰਾਂਗੇ। ਬਹੁਤ ਸਾਰੇ ਕੁਸਚਨ ਸਾਡੇ ਇੰਪੋਰਟੈਂਟ ਕੁਸਚਨ ਹੁੰਦੇ ਨੇ, ਬਹੁਤ ਹੀ ਬੇਸਿਕ ਲੈਵਲ ਦੇ ਕੁਸਚਨ ਕਰਾਂਗੇ ਅਤੇ ਬਹੁਤ ਹੀ ਬੇਸਿਕ ਲੈਵਲ ਦੇ ਵਿੱਚੋਂ ਬਹੁਤ ਕੁਝ ਗਿਆਨ ਦੀਆਂ ਗੱਲਾਂ ਸਿੱਖਣ ਦੀ ਕੋਸ਼ਿਸ਼ ਕਰਾਂਗੇ। ਸੋ ਪਿਆਰੇ ਵਿਦਿਆਰਥੀਓ, ਜਿਵੇਂ ਤੁਸੀਂ ਦੇਖਦੇ ਹੋ ਕਿ ਸਾਡੇ ਕੋਲ 59 ਦਾ ਪੇਪਰ ਵੀ ਹੈ, P SSS ਦੇ ਪੇਪਰ ਵੀ ਆ ਰਹੇ ਆ, ਪੋਲੀਟੀਕਲ ਲੈਕਚਰਾਰ ਦਾ ਪੇਪਰ ਵੀ ਆ ਰਿਹਾ, PSTET ਵੀ ਚੱਲ ਰਿਹਾ, ਨਾਲ ਨਾਲ ਸਾਡੇ ਕੋਲ PSSS ਕਲਰਕ ਦਾ ਪੇਪਰ ਹੈ, ਵੀਡੀਓ ਦਾ ਪੇਪਰ ਹੈ। ਬਹੁਤ ਸਾਰੇ ਟੈਸਟਾਂ ਦੇ ਸੰਦਰਭ ਦੇ ਵਿੱਚ ਸਾਡੀ ਜਿਹੜੀ ਵੀਡੀਓ ਅੱਜ ਦੀ ਇਹ ਸੀ, ਬਹੁਤ ਹੀ ਗੰਭੀਰਤਾ ਅਤੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਇਹ ਸੈਸ਼ਨ ਵੀ ਸਾਡਾ ਬਹੁਤ ਇੰਪੋਰਟੈਂਟ ਸੈਸ਼ਨ ਜਾਏਗਾ। ਸੋ ਤੁਹਾਡੇ ਸਾਹਮਣੇ ਕੁਸਚਨ ਹੈ ਜੀ, ਅਤੇ ਕੁਸਚਨ ਨੂੰ ਆਪਾਂ ਡਿਸਕਸ ਕਰਦੇ ਹਾਂ। ਕੁਸਚਨ ਨੂੰ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਪਹਿਲਾਂ ਕੁਸਚਨ ਦਾ ਆਂਸਰ ਆਪਣੀ ਕਾਪੀ 'ਤੇ ਨੋਟ ਕਰ ਲੈਣਾ ਜੀ। ਤਾਂ ਕੁਸਚਨ ਹੈ ਜੀ ਸਾਡੇ ਕੋਲ, ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਦੁਆਰਾ ਛੂਆਛਾਤ ਨੂੰ ਸਮਾਪਤ ਕੀਤਾ ਗਿਆ? ਤਾਂ ਕੁਸਚਨ ਦਾ ਆਂਸਰ ਹੈ ਜੀ, ਕਿਹੜਾ ਆਂਸਰ ਹੈ ਜੀ, ਕਾਪੀ ਦੇ ਉੱਤੇ ਨੋਟ ਕਰ ਲਓ, ਵੀਡੀਓ ਨੂੰ ਪੋਜ਼ ਕਰਕੇ, ਵੀਡੀਓ ਨੂੰ ਇੱਕ ਵਾਰੀ ਸਟੋਪ ਕਰਕੇ ਤੁਸੀਂ ਆਪਣੀ ਕਾਪੀ ਦੇ ਉੱਤੇ ਆਪਣਾ ਆਂਸਰ ਨੋਟ ਕਰੋ। 10 ਕੁਸਚਨ ਹੈ ਜੀ ਸਾਡੇ ਕੋਲ ਕੁੱਲ, ਅਤੇ ਤੁਸੀਂ ਦੇਖਾਂਗੇ ਕਿੰਨੇ ਕੁ ਕੁਸਚਨ ਸਾਡੇ ਸਹੀ ਹੁੰਦੇ ਆ। ਤੋ ਸਾਡੇ ਕੋਲ ਚੱਲਦੇ ਹਾਂ ਜੀ ਅੱਗੇ, ਸਾਡੇ ਕੋਲ ਕੁਸਚਨ ਦਾ ਆਂਸਰ ਕੀ ਹੈ ਜੀ? ਇਸ ਦਾ ਆਂਸਰ ਹੈ ਜੀ ਆਰਟੀਕਲ 17। ਆਰਟੀਕਲ 17 ਭਾਰਤੀ ਸੰਵਿਧਾਨ ਦੇ ਭਾਗ 3 ਮੌਲਿਕ ਅਧਿਕਾਰ ਦੇ ਵਿੱਚ ਇਹ ਦਰਜ ਹੈ। ਤਾਂ ਜਿਹੜਾ ਭਾਰਤੀ ਸੰਵਿਧਾਨ ਦਾ ਭਾਗ 3 ਹੈ ਉਹ ਫੰਡਾਮੈਂਟਲ ਰਾਈਟ ਦੇ ਨਾਲ ਸੰਬੰਧਿਤ ਹੈ, ਅਤੇ ਜਿਹੜਾ ਫੰਡਾਮੈਂਟਲ ਰਾਈਟ ਆ ਉਹਦੇ ਵਿੱਚ ਇੱਕ ਸਮਾਨਤਾ ਦਾ ਅਧਿਕਾਰ ਹੈ, ਜਿਹਨੂੰ ਅਸੀਂ ਬੋਲਦੇ ਹਾਂ ਸਮਾਨਤਾ ਦਾ ਅਧਿਕਾਰ ਆਰਟੀਕਲ 14 ਤੋਂ 18। ਭਾਗ 3 ਨੂੰ ਭਾਰਤੀ ਸੰਵਿਧਾਨ ਦਾ ਮੈਗਨਾ ਕਾਰਟਾ ਵੀ ਕਿਹਾ ਜਾਂਦਾ। ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਵਿਸ਼ੇਸ਼ ਤੌਰ 'ਤੇ ਲਿਖਿਆ ਕਿ ਜਿਹੜੇ ਸਾਡੇ ਫੰਡਾਮੈਂਟਲ ਰਾਈਟ ਹੈ ਉਹ 14 ਤੋਂ 32 ਹੈ, ਅਤੇ ਮੌਲਿਕ ਅਧਿਕਾਰ ਜਿਹੜੇ ਵਿਸ਼ੇਸ਼ ਤੌਰ 'ਤੇ ਜੇ ਆਪਾਂ ਪੜ੍ਹਿਆ ਜਾਵੇ ਤਾਂ ਵਿਸ਼ੇਸ਼ ਤੌਰ 'ਤੇ ਸਾਰੇ ਜੇ ਮੌਲਿਕ ਅਧਿਕਾਰ ਨੂੰ ਪੜ੍ਹੀਏ ਤਾਂ ਭਾਗ 3 ਦੇ ਜਿਹੜੇ ਮੌਲਿਕ ਅਧਿਕਾਰ ਹੈ ਆਰਟੀਕਲ 12 ਤੋਂ 35 ਤੱਕ ਦਰਜ ਹੈ। ਤਾਂ ਪਿਆਰੇ ਵਿਦਿਆਰਥੀਓ, ਜੇ ਤੁਸੀਂ ਵੀਡੀਓ ਦੇਖ ਰਹੇ ਹੋ ਨਾਲ ਨਾਲ ਇਸ ਚੀਜ਼ ਦੇ ਸਕਰੀਨਸ਼ੋਟ ਲਈ ਚੱਲਿਆ ਜੇ, ਤਾਂ ਜੋ ਤੁਹਾਨੂੰ ਜਿਹੜੇ ਨੋਟਸ ਹੈ ਬਹੁਤ ਵਧੀਆ ਤਰੀਕੇ ਨਾਲ ਤੁਹਾਡੇ ਪ੍ਰਿਪੇਅਰ ਹੋ ਸਕਣ। ਲਓ ਜੀ, ਅਗਲਾ ਕੁਸਚਨ ਹਾਜ਼ਰ ਹੈ। ਅਗਲਾ ਕੁਸਚਨ ਹੈ ਜੀ, ਕੰਟਰੋਲਰ ਐਡਿਟ ਜਨਰਲ ਜਿਹੜੇ ਸਾਡੇ ਹੁੰਦੇ ਨੇ ਜੀ, ਜਿਹਨਾਂ ਨੂੰ ਅਸੀਂ ਕੈਗ ਬੋਲਦੇ ਹਾਂ, ਕੈਗ, ਇਹਨਾਂ ਦੀ ਨਿਯੁਕਤੀ ਡੈਸ਼ ਤੱਕ ਹੁੰਦੀ ਹੈ। ਦੇਖੋ ਜੀ, ਇਹ ਤਾਂ ਕਾਰਜਕਾਲ ਦੱਸਣਾ ਆਪਾਂ, ਇਹਨਾਂ ਦਾ ਟਨਿਓਰ ਦੱਸਣਾ। ਤਾਂ ਆਪਸ਼ਨਾਂ ਨੇ ਸਾਡੇ ਕੋਲ, ਨਿਯੁਕਤੀ ਦੇ ਬਾਅਦ 6 ਸਾਲ ਜਾਂ 65 ਸਾਲ ਦੀ ਉਮਰ ਤੱਕ, ਬੀ ਆਪਸ਼ਨ ਹੈ ਜੀ 62 ਸਾਲ ਦੀ ਉਮਰ ਤੱਕ, ਸੀ ਆਪਸ਼ਨ ਹੈ ਜੀ ਨਿਯੁਕਤੀ ਦੇ 5 ਸਾਲ ਬਾਅਦ 65 ਸਾਲ ਦੀ ਉਮਰ ਤੱਕ, ਡੀ ਆਪਸ਼ਨ ਹੈ ਜੀ 60 ਸਾਲ ਦੀ ਉਮਰ ਤੱਕ। ਤੋ ਪਿਆਰੇ ਵਿਦਿਆਰਥੀਓ, ਤੁਸੀਂ ਹੁਣ ਇਹਦਾ ਆਂਸਰ ਦਿਓ, ਵੀਡੀਓ ਨੂੰ ਰੋਕ ਕੇ ਇਹਦਾ ਆਂਸਰ ਜ਼ਰੂਰ ਦਿਓ, ਅਤੇ ਮੇਰੇ ਖਿਆਲ ਨਾਲ ਤੁਸੀਂ ਇਸ ਦਾ ਆਂਸਰ ਨੋਟ ਕਰ ਚੁੱਕੇ ਹੋਵੋਗੇ, ਲਿਖ ਚੁੱਕੇ ਹੋਵੋਗੇ। ਲਓ ਜੀ, ਇਹਦਾ ਆਂਸਰ ਹੈ ਜੀ, ਨਿਯੁਕਤੀ ਦੇ ਬਾਅਦ 6 ਸਾਲ ਜਾਂ 65 ਸਾਲ ਦੀ ਉਮਰ ਤੱਕ। ਤਾਂ ਆਂਸਰ ਸੀਗਾ ਇਹ, ਜਿਹੜੇ ਸਾਡੇ ਕੈਗ ਦੀ ਪੋਸਟ ਹੈ, ਕੈਗ ਦੀ ਪੋਸਟ ਨੂੰ ਜਿਹੜੀ ਨਿਯੁਕਤੀ ਦਿੱਤੀ ਜਾਂਦੀ ਹੈ ਰਾਸ਼ਟਰਪਤੀ ਵੱਲੋਂ ਦਿੱਤੀ ਜਾਂਦੀ ਹੈ, ਭਾਰਤੀ ਸੰਵਿਧਾਨ ਦਾ ਆਰਟੀਕਲ 148 ਯਾਦ ਰੱਖਣਾ, ਆਰਟੀਕਲ 148 ਇਹ ਇਹਨਾਂ ਦੇ ਡੈਜੀਗਨੇਸ਼ਨ ਦੇ ਨਾਲ ਸੰਬੰਧਿਤ ਹੈ। ਜੋ ਕੈਗ ਦੇ ਬਾਰੇ ਸੰਵਿਧਾਨਿਕ ਤੌਰ 'ਤੇ ਦਰਜ ਕੀਤਾ ਗਿਆ ਉਹ ਆਰਟੀਕਲ 148 ਦੇ ਅੰਦਰ ਦਰਜ ਹੈ ਜੀ, ਅਤੇ ਵਰਤਮਾਨ ਜਿਹੜੇ ਸਾਡੇ ਜਿਹੜੇ ਕੈਗ ਨੇ ਉਹ ਨੇ ਜੀ ਗਿਰੀਸ਼ ਚੰਦਰ ਮੁਰਮੂ IAS ਅਧਿਕਾਰੀ ਨੇ। ਲਓ ਜੀ, ਅਗਲਾ ਕੁਸਚਨ ਤੁਹਾਡੇ ਸਾਹਮਣੇ ਹਾਜ਼ਰ ਹੈ ਜੀ, ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਕਿਸ ਦੁਆਰਾ ਕੀਤੀ ਜਾਂਦੀ ਹੈ? ਤਾਂ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਆਂਸਰ ਹੈ ਜੀ ਸਾਡੇ ਕੋਲ, ਆਪਸ਼ਨ A ਰਾਸ਼ਟਰਪਤੀ, ਆਪਸ਼ਨ B ਸੰਸਦ,
ਆਪਸ਼ਨ ਸੀ ਸੁਪਰੀਮ ਕੋਰਟ ਦੇ ਜੱਜਾਂ ਦੁਆਰਾ, ਆਪਸ਼ਨ ਡੀ ਪ੍ਰਧਾਨ ਮੰਤਰੀ ਦੀ ਸਲਾਹ ਅਤੇ ਮੁੱਖ ਮੰਤਰੀ ਦੁਆਰਾ। ਤਾਂ ਇਹ ਤੁਸੀਂ ਹੁਣ ਦੱਸਣਾ ਮੈਨੂੰ, ਵੀਡੀਓ ਨੂੰ ਪੋਜ਼ ਕਰਕੇ ਇੱਕ ਵਾਰੀ ਇਹਦਾ ਆਂਸਰ ਲਾ ਲਓ ਅਤੇ ਉਸ ਤੋਂ ਬਾਅਦ ਇਹਦਾ ਆਂਸਰ ਜਿਹੜਾ ਹੈਗਾ ਤੁਹਾਡੇ ਕੋਲ ਸਾਹਮਣੇ ਸਕਰੀਨ 'ਤੇ ਫਲੈਸ਼ ਕਰੇਗਾ। ਉਸ ਤੋਂ ਬਾਅਦ ਜੇ ਤੁਹਾਨੂੰ ਲੱਗੇ ਤਾਂ ਉਹਦੀ ਸਕਰੀਨਸ਼ੋਟ ਲੈ ਕੇ ਤੁਸੀਂ ਉਸ ਤੋਂ ਆਪਣੇ ਨੋਟਸ ਵੀ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰ ਸਕਦੇ ਹੋ। ਲਓ ਜੀ, ਇਹਨਾਂ ਦਾ ਆਂਸਰ ਹੈਗਾ ਜੀ ਆਪਸ਼ਨ ਏ, ਰਾਸ਼ਟਰਪਤੀ। ਚੋਣ ਆਯੋਗ ਭਾਰਤੀ ਸੰਵਿਧਾਨ ਦੇ ਭਾਗ 15 ਦੇ ਵਿੱਚ ਦਰਜ ਹੈ। ਸਿੱਧਾ ਕੁਸਚਨ ਆ ਸਕਦਾ ਕਿ ਚੋਣ ਆਯੋਗ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਦਰਜ ਹੈ? ਤਾਂ ਭਾਗ 15 ਦੇ ਵਿੱਚ ਦਰਜ ਹੈ। ਚੋਣ ਆਯੋਗ ਦੇ ਆਰਟੀਕਲ ਹੈ ਜਿਹੜੇ ਕਿੱਥੋਂ ਤੋਂ ਕਿੱਥੋਂ ਤੱਕ ਹੈ? ਆਰਟੀਕਲ ਜਿਹੜੇ ਹੈਗੇ ਆ 324 ਤੋਂ ਲੈ ਕੇ 329 ਤੱਕ ਹੈ। ਦੇਖੋ ਰਾਜੇ, ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਜਿਹੜੀ ਇਹ ਇੱਕ ਸੰਸਥਾ ਹੈਗੀ ਹੈ, ਸੰਵਿਧਾਨਿਕ ਸੰਸਥਾ ਹੈ। ਬਹੁਤ ਸਾਰੇ ਪੇਪਰਾਂ 'ਚ ਕੁਸਚਨ ਆਉਂਦਾ ਹੇਠ ਲਿਖਿਆਂ ਵਿੱਚੋਂ ਕਿਹੜੀ ਸੰਸਥਾ ਜਿਹੜੀ ਗੈਰ ਸੰਵਿਧਾਨਿਕ ਹੈ? ਤਾਂ ਉਹ ਸੰਵਿਧਾਨਿਕ ਸੰਸਥਾ ਹੁੰਦੀ ਜਿਸ ਸੰਸਥਾ ਦਾ ਸੰਵਿਧਾਨ ਦੇ ਵਿੱਚ ਕੋਈ ਆਰਟੀਕਲ ਦੇ ਕੇ ਵੇਰਵਾ ਦਿੱਤਾ ਗਿਆ ਹੈ। ਤਾਂ ਵਰਤਮਾਨ ਚੋਣ ਕਮਿਸ਼ਨਰ ਕੌਣ ਨੇ ਸਾਡੇ? ਰਾਜੀਵ ਕੁਮਾਰ ਜੀ ਨੇ ਅਤੇ 15ਵੇਂ ਚੋਣ ਕਮਿਸ਼ਨਰ ਨੇ। ਲਓ ਜੀ ਪਿਆਰੇ ਵਿਦਿਆਰਥੀਓ, ਅਗਲਾ ਕੁਸਚਨ, ਨੀਤੀ ਆਯੋਗ ਦੇ ਅਧਿਅਕਸ਼ ਕੌਣ ਹੁੰਦੇ ਨੇ? ਨੀਤੀ ਆਯੋਗ ਦੇ ਅਧਿਅਕਸ਼ ਕੌਣ ਹੁੰਦੇ ਨੇ? ਆਪਸ਼ਨ ਏ ਪ੍ਰਧਾਨ ਮੰਤਰੀ, ਆਪਸ਼ਨ ਬੀ ਮੁੱਖ ਮੰਤਰੀ, ਆਪਸ਼ਨ ਸੀ ਉਪ ਰਾਸ਼ਟਰਪਤੀ, ਆਪਸ਼ਨ ਡੀ ਰਾਸ਼ਟਰਪਤੀ। ਤਾਂ ਇਹਨਾਂ ਦਾ ਸਹੀ ਆਂਸਰ ਕੀ ਬਣਦਾ ਜੀ? ਸਹੀ ਆਂਸਰ ਹੈ ਜੀ ਪ੍ਰਧਾਨ ਮੰਤਰੀ, ਆਪਸ਼ਨ ਏ ਪ੍ਰਧਾਨ ਮੰਤਰੀ। ਇਹ ਗੈਰ ਸੰਵਿਧਾਨਿਕ ਸੰਸਥਾ ਬੇਟੇ, ਜਿਵੇਂ ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਕਿ ਕੁਸਚਨ ਆਉਂਦਾ ਹੁੰਦਾ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਸੰਸਥਾ ਗੈਰ ਸੰਵਿਧਾਨਿਕ ਹੈ ਹੇਠ ਲਿਖਿਆਂ ਵਿੱਚੋਂ, ਤਾਂ ਮੋਸਟਲੀ ਕੁਸਚਨ ਦੇ ਵਿੱਚ ਨੀਤੀ ਆਯੋਗ ਦਾ ਮੈਂ ਪੁਰਾਣੇ ਪੇਪਰਾਂ ਦਾ ਜੇ ਹਵਾਲਾ ਦੇਵਾਂ ਤਾਂ ਇਹ ਕੁਸਚਨ ਬਹੁਤ ਵਾਰ ਆਇਆ ਕਿ ਹੇਠ ਲਿਖਿਆਂ ਵਿੱਚੋਂ ਗੈਰ ਸੰਵਿਧਾਨਿਕ ਸੰਸਥਾ ਕਿਹੜੀ ਹੈ? ਨੀਤੀ ਆਯੋਗ ਇੱਕ ਗੈਰ ਸੰਵਿਧਾਨਿਕ ਸੰਸਥਾ ਹੈ। ਇਹ ਯੋਜਨਾ ਕਮਿਸ਼ਨ ਹੋਇਆ ਕਰਦਾ ਸੀ ਸਾਡੇ ਕੋਲ, ਪਲੈਨਿੰਗ ਕਮਿਸ਼ਨ। ਉਹ ਸੰਸਥਾ ਦਾ ਨਾਮ ਬਦਲ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਨੀਤੀ ਆਯੋਗ ਉਹਦਾ ਨਾਮ ਰੱਖਦਾ। ਨੈਕਸਟ ਕੁਸਚਨ ਹੈ ਜੀ, ਕਿਸੇ ਵੀ ਬਿੱਲ ਨੂੰ ਧਨ ਬਿੱਲ ਦੀ ਪੁਸ਼ਟੀ ਕਿਸ ਦੁਆਰਾ ਕੀਤੀ ਜਾਂਦੀ? ਦੇਖੋ ਬੇਟੇ, ਕੁਸਚਨ ਬਹੁਤ ਮਹੱਤਵਪੂਰਨ ਹੈ, ਬੇਸਿਕ ਕੁਸਚਨ ਹੈ, ਅਤੇ ਬੇਸਿਕ ਕੁਸਚਨ ਦੇ ਵਿੱਚੋਂ ਬਹੁਤ ਕੁਛ ਕਈ ਵਾਰ ਅਸੀਂ ਅਣਦੇਖਿਆ ਕਰ ਜਾਂਦੇ ਹਾਂ। ਤਾਂ ਕੁਸਚਨ ਹੈਗਾ ਜੀ, ਕਿਸ ਬਿੱਲ ਨੂੰ, ਧਨ ਬਿੱਲ ਨੂੰ ਜਿਹੜਾ ਹੈਗਾ ਵੀ ਆਪਾਂ ਕਹਿ ਦਿੰਦੇ ਹਾਂ ਵੀ ਇਹ ਮਨੀ ਬਿੱਲ ਹੈ, ਇੰਟਰੋਡਿਊਸ ਕਰਦਾ? ਕੌਣ ਇੰਟਰੋਡਿਊਸ ਕਰਦਾ? ਪਹਿਲੀ ਗੱਲ ਤਾਂ ਇਹ ਹੈ ਕਿ ਇਹ ਇੰਟਰੋਡਿਊਸ ਲੋਕ ਸਭਾ ਦੇ ਵਿੱਚ ਹੁੰਦਾ, ਠੀਕ ਹੈ ਜੀ। ਤਾਂ ਹੁਣ ਲੋਕ ਸਭਾ ਦੇ ਵਿੱਚ ਦੋ ਬੰਦੇ ਜਿਹੜੇ ਇੱਥੇ ਲੋਕ ਸਭਾ ਦੇ ਵਿੱਚ ਬੈਠਦੇ ਆ, ਇਹ ਆਪਸ਼ਨ ਵੀ ਲੋਕ ਸਭਾ 'ਚ ਹੈ ਅਤੇ ਡੀ ਵੀ ਹੈ, ਕਿਉਂਕਿ ਪ੍ਰਧਾਨ ਮੰਤਰੀ ਦੀ ਸੀਟ ਲੋਕ ਸਭਾ ਦੇ ਵਿੱਚ ਹੈ, ਡੀ ਲੋਕ ਸਭਾ ਦਾ ਸਪੀਕਰ ਲੋਕ ਸਭਾ ਦੇ ਵਿੱਚ ਹੈ। ਲਓ ਜੀ, ਹੁਣ ਆਂਸਰ ਦੇ ਦਿਓ, ਵੀਡੀਓ ਨੂੰ ਪੌਜ਼ ਕਰਕੇ ਮੈਂ ਤੁਹਾਨੂੰ ਇੱਕ 50-50 ਦਾ ਹਿੰਟ ਵੀ ਦੇ ਚੁੱਕਿਆ। ਸੋ ਇਹਦਾ ਆਂਸਰ ਕੀ ਹੈ ਜੀ? ਇਹਦਾ ਆਂਸਰ ਹੈ ਜੀ ਲੋਕ ਸਭਾ ਦਾ ਸਪੀਕਰ। ਭਾਰਤੀ ਸੰਵਿਧਾਨ ਦੇ ਵਿੱਚ ਧਨ ਬਿੱਲ ਦਾ ਜਿਹੜਾ ਆਰਟੀਕਲ ਹੈ, ਆਰਟੀਕਲ 110 'ਤੇ ਅਸੀਂ ਧਨ ਬਿੱਲ ਨੂੰ ਦਰਜ ਕੀਤਾ ਹੋਇਆ, ਬਟ ਵਿਸ਼ੇਸ਼ ਜਿਹੜਾ ਪ੍ਰਕਿਰਿਆ, ਵਿਸ਼ੇਸ਼ ਪ੍ਰਕਿਰਿਆ ਆਰਟੀਕਲ 109 ਦੇ ਵਿੱਚ। ਦੇਖੋ ਇਸ ਵਾਰ ਕੀ ਹੋਇਆ, ਪਿੱਛੇ ਹਾਲ ਹੀ ਮਾਸਟਰ ਕੇਡਰ ਦਾ ਪੇਪਰ ਹੋਇਆ, ਕੁਸਚਨ ਦੇ ਵਿੱਚ ਸਪੈਸ਼ਲ ਲਿਖਤਾ ਕਿ ਵਿਸ਼ੇਸ਼ ਪ੍ਰਕਿਰਿਆ ਕਿਹੜੇ ਆਰਟੀਕਲ ਦੇ ਵਿੱਚ ਦਰਜ ਹੈ। ਤਾਂ ਮੋਸਟਲੀ ਵਿਦਿਆਰਥੀਆਂ ਨੇ ਇਹਦਾ ਆਂਸਰ ਆਰਟੀਕਲ 110 ਦਿੱਤਾ ਸੀ, ਬਟ ਆਰਟੀਕਲ 109 ਦੇ ਵਿੱਚ ਵਿਸ਼ੇਸ਼ ਪ੍ਰਕਿਰਿਆ ਦਰਜ ਹੈ। ਬਹੁਤ ਸਾਰੇ ਵਿਦਿਆਰਥੀਆਂ ਨੂੰ ਸ਼ਾਇਦ ਅੱਜ ਦੀ ਵੀਡੀਓ ਦੇ ਵਿੱਚ ਇਹ ਗੱਲ ਪਹਿਲੀ ਵਾਰ ਪਤਾ ਲੱਗੀ ਹੋਊਗੀ, ਮੋਸਟਲੀ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਸ ਗੱਲ ਬਾਰੇ ਪਤਾ ਵੀ ਹੈਗਾ। ਸੋ ਬੇਟੇ, ਪੜ੍ਹਦੇ ਰਹੋ, ਗਿਆਨ ਨੂੰ ਵਧਾਉਂਦੇ ਰਹੋ। ਗਿਆਨ ਕਦੇ ਵੀ ਤੁਹਾਡਾ ਕੋਈ ਚੋਰੀ ਨਹੀਂ ਕਰ ਸਕਦਾ, ਗਿਆਨ ਕਦੇ ਵੀ ਤੁਹਾਡਾ ਕੋਈ ਖੋ ਨਹੀਂ ਸਕਦਾ, ਗਿਆਨ ਕਦੇ ਵੀ ਤੁਹਾਡਾ ਖਤਮ ਨਹੀਂ ਹੋ ਸਕਦਾ। ਸੋ ਤੁਹਾਡਾ ਗਿਆਨ ਹੈ, ਤੁਹਾਡੀ ਪਹਿਚਾਣ ਹੈ। ਸੋ ਜੀ, ਇਹ ਬਿੱਲ ਕਿੱਥੇ ਪੇਸ਼ ਹੁੰਦਾ ਬੇਟੇ? ਇਹ ਬਿੱਲ ਪੇਸ਼ ਹੁੰਦਾ ਲੋਕ ਸਭਾ ਦੇ ਵਿੱਚ। ਨੈਕਸਟ ਕੁਸਚਨ ਹੈ ਜੀ, ਸੰਵਿਧਾਨ ਦੁਆਰਾ ਕਿਸ ਉਮਰ ਦੇ ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦੀ ਵਿਵਸਥਾ ਕੀਤੀ ਗਈ ਹੈ? ਲਓ ਜੀ, ਬਹੁਤ ਸੋਹਣਾ ਕੁਸਚਨ ਹੈ ਅਤੇ ਬਹੁਤ ਇੰਪੋਰਟੈਂਟ ਕੁਸਚਨ ਹੈ। ਕੁਸਚਨ ਦਾ ਆਂਸਰ ਇਹਨਾਂ ਚਾਰੇ ਆਪਸ਼ਨਾਂ ਦੇ ਵਿੱਚ ਹੈ ਜੀ। ਲਓ ਜੀ, ਪਹਿਲੀ ਆਪਸ਼ਨ ਹੈ ਜੀ 6 ਤੋਂ 18 ਸਾਲ, ਦੂਜੀ ਆਪਸ਼ਨ ਹੈ ਜੀ 6 ਤੋਂ 12 ਸਾਲ, ਤੀਜੀ ਆਪਸ਼ਨ ਹੈ ਜੀ 14 ਤੋਂ 18 ਸਾਲ, ਅਤੇ ਚੌਥੀ ਆਪਸ਼ਨ ਹੈ ਜੀ 6 ਤੋਂ 14 ਸਾਲ। ਲਓ ਜੀ, ਵੀਡੀਓ ਰੋਕ ਕੇ ਤੁਸੀਂ ਇੱਕ ਵਾਰੀ ਇਹਦੀ ਕਾਪੀ 'ਤੇ ਇਹਦਾ ਆਂਸਰ ਵੀ ਨੋਟ ਕਰ ਸਕਦੇ ਹੋ। ਉਸ ਤੋਂ ਬਾਅਦ ਇਹਦਾ ਆਂਸਰ ਹੈਗਾ ਜੀ, ਆਂਸਰ ਹੈ 6 ਤੋਂ 14 ਸਾਲ। ਦੇਖੋ ਜੀ, ਸਾਡੇ ਕੋਲ 86 ਅਮੈਂਡਮੈਂਟ 2002 ਦੇ ਵਿੱਚ ਹੁੰਦੀ ਹੈ, 86ਵੀਂ ਸੋਧ ਹੈ ਜਿਹੜੀ 2002 ਦੇ ਵਿੱਚ ਹੁੰਦੀ ਹੈ। ਇਸ ਸੋਧ ਦੇ ਨਾਲ ਆਰਟੀਕਲ 21A ਦੇ ਵਿੱਚ ਇਹਨੂੰ ਮੌਲਿਕ ਅਧਿਕਾਰ ਵਜੋਂ ਦਰਜ ਕੀਤਾ ਗਿਆ। ਮੈਂ ਹੁਣੇ ਹੁਣੇ ਇਹ ਗੱਲ ਤੁਹਾਡੇ ਨਾਲ ਡਿਸਕਸ ਕਰਕੇ ਹਟਿਆ ਕਿ ਬਹੁਤ ਸਾਰੀਆਂ ਗੱਲਾਂ ਅਸੀਂ ਬੇਸਿਕ ਰੂਟ 'ਚ ਪੜ੍ਹ ਕੇ ਨਿਕਲ ਜਾਂਦੇ ਹਾਂ, ਬਹੁਤ ਚੀਜ਼ਾਂ ਸਾਡੀਆਂ ਰਹਿ ਜਾਂਦੀਆਂ। ਕਿਸੇ ਵੀ ਵਿਦਿਆਰਥੀ ਨੇ ਬਹੁਤ ਡੀਪ ਸਟੱਡੀ ਕੀਤੀ ਹੁੰਦੀ ਆ, ਉਹਨੂੰ ਇਹਨਾਂ ਗੱਲਾਂ ਦਾ ਨੌਲੇਜ ਜ਼ਿਆਦਾ ਹੁੰਦੀ ਹੈ, ਬਟ ਬਹੁਤ ਸਾਰੇ ਬੇਸਿਕ ਲੈਵਲ ਦੇ ਉੱਤੇ ਅਸੀਂ ਕੁਸਚਨਾਂ ਨੂੰ ਟਪਾ ਦਿੰਦੇ ਹਾਂ। ਇਸ ਨੂੰ ਅਸੀਂ ਮੌਲਿਕ ਅਧਿਕਾਰ ਦਾ ਦਰਜਾ ਦਿੱਤਾ ਸੀਗਾ ਜੀ ਇੱਕ
केस लग्या सीगा मोहनी जैन केस का, मौलिक अधिकार का दर्जा सी इस केस के द्वारा इनू दवाया सीगा। कर्नाटका दे विच केस लग्या सीगा मोहनी जैन केस। नेक्स्ट क्वेश्चन है जी, डॉक्टर बी आर अंबेडकर ने भारतीय संविधान के किस मौलिक अधिकार नू संविधान की दिल अते आत्मा कहा। बहुत इंपॉर्टेंट क्वेश्चन है जी। अक्सर कई बार मेरे गुरु जी गल क्या करते हैं, कहते नरेंद्र ये क्वेश्चन ना दो पेपर तीन पेपर छड़ के पंजाब सरकार पाती पाती है, तो इस क्वेश्चन की जानकारी हर एक बच्चे बच्चे नू है, बेसिक है। जो तुसी पढ़ना शुरू करते हैं ना, सानू ये क्वेश्चन तो अखा मीच के रटा दिता जाता है कि भारतीय संविधान का दिल ते आत्मा, दिल ते आत्मा किने क्या, दिल ते आत्मा किनू क्या, इस दो क्वेश्चन तो पक्के रटे होंगे साढ़े, है ना। तो मोस्टली थोड़े सारे विद्यार्थियों ने, हाँ जी मैनू बिल्कुल थोड़े सारे विद्यार्थियों के जवाब भी मैं महसूस हो रहा कि तुम सबन इसका आंसर आता है। आंसर है जी की, आंसर है जी यदा आंसर है नैक्सट, बिल्कुल जी सही डी आंसर है जी, संविधानिक उपचारिक सिद्धांत। भारतीय संविधान के भाग तीन के दर्ज है जी, एक मौलिक अधिकार है साडा आर्टिकल 32 जिन्हों असं बोलते हैं रिट्स, जिथे साडियां रिट्स जारी की जाती हैं। आर्टिकल 32 के अंदर जो है जी सुप्रीम कोर्ट द्वारा रिट जारी की जाती है, जेकर साडा मौलिक अधिकार है जो उलंघित होंदा है ना, जो तो कोई ऐसा कानून बन जाए साडा मौलिक अधिकार खत्म हो रहा है, तो असी उसके अगेंस्ट रिट जारी करा सकते हैं। देखो इतों इंपोर्टेंट चीज़ की है कि मौलिक अधिकारों असी कानूनी रूप के चुनौती दे सकते हैं। तो मौलिक अधिकारों याद रखना है कि मौलिक अधिकारों असं कानूनी रूप के चुनौती दे सकते हैं। हाँ पैरल साढ़े को DPSP है, असं उन्होंने चुनौती नहीं दे सकते, ठीक है जी। ये सारा जस्टिस बिल है, ठीक है, इन्हों कानूनी रूप के चुनौती दे सकते हैं। दल बदली का जो विरोधी कानून है एंटी डिफेक्शन लॉ, ये संविधान के सोध न लाया सीगा। तो साढ़े को जो दल बदली का विरोधी कानून है जी भारतीय संविधान के सोध न लाया सीगा। हाँ जी तुसी आंसर लिख चुके होंगे कापियां दे वीडियो पोस्ट करके, उहदा आंसर जरूर लिखा करो, मैनू बाद दे विच कमेंट दे विच दस्सिया किन्ने नंबर बने तुहाडे। सो इहदा आंसर हैगा जी 52, किन्नवीं सोध सी इह, 52वीं सोध 52। बहुत एक इंपॉर्टेंट मोड़ आया सीगा इस दे नाल भारतीय संविधान दे विच राजे। भारतीय संविधान दे विच ना मूल संविधान दे विच 8 अनुसूचियां सीगियां, तो जो 1985 दे विच 52वीं सोध होंदी है साडी, तो उदों साढ़े कोल जिहड़ा हैगा भारतीय संविधान दीआं अनुसूचियां दे विच विशेष तौर पर एक अनुसूची जिहनूं असीं 10वीं अनुसूची दे नाम नाल जाणदे आ, उह इहदे विच दर्ज कीती गई सीगी। होया की सीगा कि हरियाणे दे एक मिनिस्टर सीगे आया राम गया राम दे नाम नाल प्रसिद्ध होए सीगे, वो दल बदलते सीगे रूटीन वाइज, ठीक है। मैं करावांगा तुहानूं शड्यूल, उहदे विच तुहानूं पूरी कहानी दस्सांगा, पूरी रचना दस्सांगे किस तरीके दे नाल इह शड्यूल साडा पैदा होया सीगा, ठीक है जी। ये याद रखना जी, दल बदली का विरोध का कानून जिहड़ा हैगा साडे कोले 52वीं सोध 1985, इहदे नाल साडे संविधान दे विच 10वीं अनुसूची, किन्नवीं सूची, 10वीं अनुसूची दर्ज हुई सी। लो जी क्वेश्चन नैक्सट जी, राज सभा दे मैंबरां दी नियुक्ति किन्ने समय लई कीती जांदी है। बहुत इंपोर्टेंट क्वेश्चन है जी, बहुत बहुत इंपोर्टेंट क्वेश्चन है। बहुत सारे विद्यार्थी इस क्वेश्चन आंसर कई बार गलत देंदे आ। आंसर की बनता जी, ऑप्शन ए 6 साल तक, ऑप्शन बी 5 साल तक, ऑप्शन सी स्थिर, ऑप्शन डी कोई निश्चित नहीं। वीडियो पोस्ट करके कापी ते दा आंसर लिख सकते हो जी तुसी। इहदा आंसर है जी राज्यसभा दे मैंबर दी नियुक्ति 6 साल लई होंदी है। देखो राजे राज्यसभा जिहड़ा हैगा इह खुद स्थाई सदन, जिहड़ा इहदा मैंबर है उहदी नियुक्ति जिहड़ी हैगी है उह 6 साल लई होंदी है। राज्यसभा दे विच प्रधान सभापति होंदे ने उपराष्ट्रपति, ते वर्तमान उपराष्ट्रपति जिहड़े ने जगदीप धनखड़ जी ने, राज्यसभा नूं कोई भंग नहीं कर सकदा। ये क्वेश्चन वन लाइनर बन जांदे इत्थों साडे, ठीक है। बहुत सारे क्वेश्चन इहो जिहा बणूगा राज्यसभा नूं भंग कराउण दी कोशिश करूगा, तुहाडे तों कहूगा राज्यसभा नूं कौण भंग कर सकदा, साडा जीव ही करूगा वी जिथे राष्ट्रपति है ना टिक कर दईए, पर राज्यसभा नूं कोई भंग नहीं कर सकदा, ठीक है जी। सो प्यारे विद्यार्थियों, ये साड़ी लड़ी सी अज्ज दी, ते इस लड़ी दे विच असीं बहुत थोड़े क्वेश्चन डिस्कस किए ने, बट बहुत इंपॉर्टेंट ते बहुत इंपॉर्टेंट फैक्ट्स दे नाल उन्होंने डिस्कस किया। वीडियो नूं तुसीं लाइक करो, सबसक्राइब करो चैनल नूं, ते मोस्टली इस वीडियो नूं लोड़वंद विद्यार्थियों तक शेयर करो। सारे विद्यार्थियों का साडा फर्ज बनता कि असीं साडी इस वीडियो नूं, साडे इस उपराले नूं असीं इक लोड़वंद विद्यार्थी तक पहुँचाइए। बिल्कुल फ्री ऑफ कॉस्ट तुहानू जिहड़ी हैगी है तैयारी करवाई जा रही है जी। स्क्रीन ते तुसी साडा रिजल्ट देख सकते हो। ऑफलाइन भी क्लासां चल रही हैं, ते बहुत जल्दी असी जिहड़ा हैगा पंजाब सरकार द्वारा जिहड़ा पेपर ए लिया जा रहा है
उस दा भी असीं वीडियो दे विच तुहानूं हुण लैक्चर दे रूप दे विच तैयारी करवाउणी शुरू करांगे। बहुत सारियां वीडियो साडियां हुण नैक्सट आउण वाले समें दे विच आउणगियां। सो विद्यार्थियों, धन्नवाद, शब्बा खैर, गुड नाइट, थैंक यू।